ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਲੜੋ, ਗੁਰੂ ਗ੍ਰੰਥ ਸਾਹਿਬ ਦੇ ਲੜ ਤੁਹਾਨੂੰ ਲਾਇਆ, ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਕਹਿੰਦੇ ਜੀ ਜੇ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਉਣੇ ਹਾਂ, ਕੋਈ ਭੇਟਾ ਕਰਦੇ ਹਾਂ ਤਾਂ ਤੁਸੀਂ ਪ੍ਰਵਾਨ ਕਰਦੇ ਜੀ, ਗੁਰੂ ਗ੍ਰੰਥ ਸਾਹਿਬ ਕਿਵੇਂ ਕਰਨਗੇ? ਸਾਨੂੰ ਕਿਵੇਂ ਤਸੱਲੀ ਹੋਵੇਗੀ ਕਿ ਭੇਟਾ ਪ੍ਰਵਾਨ ਹੋ ਗਈ ਹੈ? ਫਿਰ ਕਹਿੰਦੇ ਤੁਹਾਡੇ ਨਾਲ ਬਚਨ ਵੀ ਕਰ ਲਈਦੇ, ਇਹਨਾਂ ਨਾਲ ਬਚਨ ਕਿਵੇਂ ਕਰਾਂਗੇ? ਤੁਹਾਡੇ ਦਰਸ਼ਨ ਕਰੀਦੇ, ਇਹਨਾਂ ਦੇ ਦਰਸ਼ਨ ਕਿਵੇਂ ਕਰਾਂਗੇ? ਰੁਮਾਲਿਆਂ ਦੇ ਚਾਨੀਆਂ ਦੇ ਕਰਾਂਗੇ, ਕਿਵੇਂ ਦਰਸ਼ਨ ਕਰਾਂਗੇ? ਕਹਿਣ ਲੱਗੇ ਇਹ ਸਾਰੇ ਦਰਸ਼ਨ ਹੀ ਨੇ ਜਿਹੜੇ ਪ੍ਰਕਾਸ਼, ਜਿੰਨਾ ਕੋਈ ਵੱਧ ਸਤਿਕਾਰ ਕਰੇਗਾ ਓਨਾ ਵੱਧ ਫਲ ਮਿਲ ਜਾਏਗਾ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਦਰਸ਼ਨ ਨੇ। ਗੁਰਬਾਣੀ ਪੜ੍ਹਨੀ ਮੇਰੇ ਨਾਲ ਗੱਲ ਕਰਨ ਦੇ ਬਰਾਬਰ ਹੈ, ਤੁਹਾਨੂੰ ਜੋ ਜਵਾਬ ਮਿਲਣਾ ਉਹ ਗੁਰਬਾਣੀ 'ਚੋਂ ਗਿਆਨ ਕਰੋ ਕਿ ਸ਼ਬਦ ਕਿਹੜਾ ਆਇਆ ਹੈ। ਜਦੋਂ ਅਸੀਂ ਭੇਟਾ ਕੀਤੀ ਗੁਰੂ ਅੱਗੇ, ਸਾਨੂੰ ਕਿਹੜੇ ਪਾਸੇ ਬਾਣੀ ਦੀ ਪੰਕਤੀ ਕੰਨਾਂ 'ਚ ਪਈ ਅਤੇ ਕੀ ਆਵਾਜ਼ ਪਈ ਹੈ? ਦੱਸਣਗੇ ਤੇਰਾ ਨਿਤਨੇਮ ਪ੍ਰਵਾਨ ਹੈ, ਤੇਰੀ ਭੇਟਾ ਸੇਵਾ ਪ੍ਰਵਾਨ ਹੈ, ਗੁਰੂ ਗ੍ਰੰਥ ਸਾਹਿਬ ਦੱਸ ਦਿੰਦੇ ਆ, ਕੰਨਾਂ 'ਚ ਬਾਣੀ ਪੈ ਜਾਂਦੀ ਹੈ।